ਸਿਆਸਤ ਕਰਨ ਦੇ ਬਹੁਤ ਮੰਚ ਹੈਗੇ ਨੇ ਜਿੱਥੇ ਕੀਤੀ ਜਾ ਸਕਦੀ ਹੈ ਪਰ ਜਿੱਥੇ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੋਵੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਮਾਮਲਾ ਹੋਵੇ ਜਾਂ ਕਿਸੇ ਹੋਰ ਆਗੂ ਦੀ ਸੁਰੱਖਿਆ ਦਾ ਮਾਮਲਾ ਹੋਵੇ ਉਹਨੂੰ ਸਿਆਸਤ ਦੀ ਭੇਟ ਨਾ ਹੀ ਚੜਾਉਂ ਤਾ ਚੱਕ ਪ੍ਰਧਾਨ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਇਸ ਤੋਂ ਪਹਿਲਾਂ ਕਿਸੇ ਨੇ ਕੀ ਆਈ ਨਹੀਂ ਵੀ ਜਿਵੇਂ ਸਾਰਾ ਕੁਝ ਹੋਣ ਹੋਇਆ ਜਿਹੜਾ 7 ਸਾਲ ਬਾਜਪਾਈ ਸਾਹਿਬ ਦਾ ਸਵਾ ਲੰਘਿਆ ਉਹ ਵੀ ਪ੍ਰਧਾਨ ਮੰਤਰੀ ਸਾਹਿਬ ਆਪਦੇ ਖਾਤੇ 'ਚ ਹੀ ਪਾ ਲੈਂਦੇ ਨੇ ਵੀ ਉਦੋਂ ਵੀ ਕੋਈ ਕਮੀ ਨਹੀਂ ਹੋਏ। ਜਿਵੇਂ ਕਿਸਾਨਾਂ ਨੇ ਉੱਥੇ ਪ੍ਰਦਰਸ਼ਨ ਕੀਤਾ ਉਹ ਕਹਿੰਦੇ ਸਾਡਾ ਸੰਵਿਧਾਨਕ ਹੱਕ ਹੈ। ਹੂੰ। ਸੋ ਜਦੋਂ ਆਪਦੇ ਤੇ ਆਵੇ ਤਾਂ ਉਦੋਂ ਸੰਵਿਧਾਨ ਪਾਸੇ ਕਿਉਂ ਹੋ ਜਾਂਦਾ ਹੈ? ਐਨਐਸਜੀ ਤੇ ਰਾਜ ਦੀਆਂ ਜਿਹੜੀਆਂ ਸੁਰੱਖਿਆ ਪੁਲਿਸ ਸੀਗੀ ਪੰਜਾਬ ਦੀ। ਜੀ। ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਤਾਲਮੇਲ ਦੀ ਆਪਸੀ ਘਾਟ ਦੇਖਣ ਨੂੰ ਮਿਲੀ ਹੈ। ਰਾਮ ਮੰਤਰੀ ਸਾਹਿਬ ਨੇ ਬਠਿੰਡੇ ਹਵਾਈ ਅੱਡਾ ਜਿਹੜਾ ਭੀਸੀ ਆ ਨਾ ਉਹਦੇ ਤੇ ਉਹਨਾਂ ਦਾ ਜਿਹੜਾ ਵੱਡਾ ਜਹਾਜ਼ ਹੈ ਜਿਹਦੀ ਨਕਲ ਕੀਤੀ ਆ ਉਹਦੀ ਟਰੰਪ ਸਾਹਿਬ ਦੀ ਪ੍ਰਧਾਨ ਮੰਤਰੀ ਦੇ ਰਾਹ ਰੋਕਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਕਿਸੇ ਜਥੇਬੰਦੀ ਨੇ ਨਹੀਂ ਦਿੱਤਾ ਜੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਪ੍ਰਧਾਨ ਮੰਤਰੀ ਦਾ ਪ੍ਰੋਟੈਸਟ ਕਰਾਂ ਤੇ ਨੌਇਡਾ ਦੇ ਵਿੱਚ ਪ੍ਰਧਾਨ ਮੰਤਰੀ 2 ਘੰਟੇ ਗੱਡੀ 'ਚ ਬਹਿ ਸਕਦੇ ਆ ਉਦੋਂ ਨਾਲ ਕੋਈ ਜਾਂਚ ਕੀਤੀ ਤੁਸੀਂ ਉਦੋਂ ਨਹੀਂ ਸੁਰੱਖਿਆ ਦੇ ਵਿੱਚ ਬ੍ਰੇਕ ਲੱਗੀ ਜੀ ਇਹ ਪੰਜਾਬ ਦੇ ਵਿੱਚ ਆ ਕੇ ਕਿਉਂ ਕੀਤਾ ਜਾ ਰਿਹਾ ਕਈ ਆਗੂ ਭਾਰਤੀ ਜਨਤਾ ਪਾਰਟੀ ਦੇ ਅਜੇ ਵੀ ਕਾਹੇ ਰਹੇ ਨੇ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਦੌਰਾ ਰੱਦ ਹੋਇਆ ਹੈ ਇਹ ਅੱਗੇ ਪਿਆ ਉਹ ਫੇਰ ਆਉਣਗੇ ਉਹ ਕਹਿੰਦੇ ਵੀ ਸਰਕਸ ਚਲਾ ਰਹੇ ਨੇ ਸਰਕਸ ਦੇ ਵਿੱਚ ਜਾਨਵਰ ਵੀ ਹੁੰਦੇ ਨੇ ਸਰਕਸ ਦੇ ਵਿੱਚ ਤਾਂ ਉਹ ਜੋਕਰ ਵੀ ਹੁੰਦੇ ਆ ਜਿਹੜੇ ਲੋਕਾਂ ਦਾ ਮਨੋਰੰਜਨ ਕਰਦੇ ਨੇ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਤਿੰਨ ਪਾਰਟੀਆਂ ਨੇ ਮੇਨ ਇੱਥੇ ਪੰਜਾਬ ਦੇ ਵਿੱਚ ਉਨ੍ਹਾਂ ਦੇ ਤਿੰਨਾਂ ਦੇ ਪ੍ਰਧਾਨ ਜਿਹੜੇ ਹੈਗੇ ਨੇ ਉਹ ਕਮੇਡੀਅਨ ਨੇ ਜਿਹੜੇ ਬੰਦੇ ਤਿੰਨ ਤਿੰਨ ਸਾਲ ਤੋਂ ਸੇਵਾ ਮੁਕਤ ਹੋ ਗਏ ਆ 15 ਅਗਸਤ ਤੇ 26 ਜਨਵਰੀ ਉਹਨਾਂ ਨੂੰ ਵੀ ਸਨੇਹੇ ਭੇਜੀ ਜਾਣਗੇ ਤੁਹਾਡੀ ਡਿਊਟੀ ਸਟੇਡੀਅਮ ਚ ਹੈ ਤੁਹਾਡੀ ਡਿਊਟੀ ਰਸਤੇ ਤੇ ਹੈ ਤੁਹਾਡੀ ਡਿਊਟੀ ਫਲਾਨੇ ਥਾਂ ਤੇ ਹੈ ਗੁਗਿੰਦਰ ਸਿੰਘ ਉਗਰਾਹਣ ਇਹ ਸਭ ਤੋਂ ਵੱਡੀ ਜਥੇਬੰਦੀ ਕਿਸਾਨਾਂ ਦੀ ਹੈ ਉਹਨਾਂ ਦੀ ਹੂੰ ਉਹਨਾਂ ਦਾ ਇੱਕ ਹੈ ਨਾ ਕਿ ਪ੍ਰਧਾਨ ਮੰਤਰੀ ਨੂੰ ਪਹਿਲਾਂ ਬਾੜਾ ਮोटा ਸੰਵਿਧਾਨ ਪੜ੍ਹ ਲੈਣਾ ਚਾਹੀਦਾ ਹੈ ਅਸੀਂ ਇੱਕ ਸਾਲ ਤੁਹਾਡੀਆਂ ਦਿੱਲੀ ਦੀਆਂ ਹੱਦਾਂ ਤੇ ਬੈਠੇ ਰਹੇ ਇਹ ਦੇਸ਼ ਦੇ ਅੰਨਦਾਤੇ ਵਾਸਤੇ ਕੋਈ ਟਾਈਮ ਨਹੀਂ ਪੁਰਾਣੇ ਜਨਮਿਆਂ ਉਹਨਾਂ ਨੂੰ ਪਤਾ ਇੱਕ ਪੀਪੀ 18 ਕਣਕ ਆਉਂਦੀ ਹੁੰਦੀ ਸੀ ਰੂਸ ਤੋਂ ਕੈਨੇਡਾ ਤੋਂ ਜੀ ਜੇ ਤਾਂ ਤੁਸੀਂ ਉਹਦੀ ਲੈਂਦੀ ਲੈਂਦੀ ਰੋਟੀ ਖਾ ਲਈ ਤਾਂ ਤਾਂ ਖਾਧੀ ਗਈ ਨਹੀਂ ਮੱਕੀ ਦੀ ਰੋਟੀ ਬਗੂ ਉਹ ਪਲੇਟ ਬਣ ਜਾਂਦੀ ਸੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਦਨ ਕਿਉਂਕਿ ਇਹਨਾਂ ਦੇ ਅਨਕੂਲ ਨਹੀਂ ਇਹਨਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਪੰਜ ਚਾਰ ਸੀਟਾਂ ਤੋਂ ਵੱਧ ਇਹਨਾਂ ਨੂੰ ਮਿਲਣਗੇ ਭਾਵੇਂ ਕੈਪਟਨ ਮਰਿੰਦਰ ਸਿੰਘ ਨਾਲ ਆ ਗਏ ਨੇ ਜਾਂ ਕੋਈ ਹੋਰ ਆ ਗਿਆ ਇਹ ਜਿਹੜੇ ਭਾਜਪਾਈ ਨੇ ਇਹਨਾਂ ਦੀ ਫਿਰ ਡੀਸੀ ਤੇ ਐਸਐਸਪੀਆਂ ਕੋਲੇ ਪਹੁੰਚ ਸਿੱਧੀ ਹੋ ਜੇਗੀ ਸਾਸ਼ੀਕਾਲ ਮੈਰੀ ਨਤਿਮਾਨ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰਾਂ ਇੱਕ ਮੇਰੀ ਵੀ ਸੁਣੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਤੇ ਅੱਜ ਦੇ ਵਿਸ਼ੇ ਉਹ ਵੀ ਕਾਫੀ ਅਹਿਮ ਰਹਿਣ ਵਾਲੇ ਨੇ ਜਿਸ ਤੇ ਚਰਚਾ ਕਰਾਂਗੇ ਚਰਚਾ ਕਰਾਂਗੇ ਭਗਵੰਤ ਮਾਨ ਦੇ ਵੱਲੋਂ ਚੰਨੇ ਸਰਕਾਰ ਨੂੰ ਜਿਹੜਾ ਕੀ ਨਿਸ਼ਾਨੇ ਤੇ ਲੈ ਅਤੇ ਖੂਬ ਹੁਣ ਤੇ ਤਣੁਕਾ ਸੀ ਨੇ ਕੀ ਕੁਝ ਕਿਹਾ ਭਗਵੰਤ ਮਾਨ ਨੇ ਮੁੱਖ ਮੰਤਰੀ ਚੰਦਰ ਸਿੰਘ ਚੰਨੇ ਨੂੰ ਲੈ ਕੇ ਇਸ ਤੇ ਗੱਲਬਾਤ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਮੌਸਮ ਨੂੰ ਲੈ ਕੇ ਲਗਾਤਾਰ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ ਅਤੇ ਕੁਝ ਜਗ੍ਹਾ ਤੇ ਜਿਹੜੇ ਕੀ ਇਸ ਮੌਸਮ ਨੂੰ ਲੈ ਕੇ ਹਾਈ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਗੱਲਬਾਤ ਕਰਾਂਗੇ ਜੋ ਕਿ ਸੁਰੱਖਿਆ ਖਾਮੀ ਦੀ ਹੈ ਜਿਹੜੀ ਲਗਾਤਾਰ ਚਰਚਾ ਚੱਲ ਰਹੀ ਹੈ ਪਰ ਹਾਲੇ ਤੱਕ ਜਿਹੜਾ ਕਿ ਮਾਮਲਾ ਜਾਂਚ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ ਪਰ ਜਿਹੜੀ ਕੇਂਦਰ ਦੀ ਜਿਹੜੀ ਜਾਂਚ ਕਮੇਟੀ ਹੈ ਉਹਨਾਂ ਵੱਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਤੇ ਇਸ ਤੇ ਵੀ ਅਸੀਂ ਗੱਲਬਾਤ ਕਰਾਂਗੇ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਵਿਸ਼ੇ ਨੇ ਜਿਨ੍ਹਾਂ ਤੇ ਅਸੀਂ ਚਰਚਾ ਕਰਾਂਗੇ ਇਹਨਾਂ ਪੂਰੇ ਵਿਸ਼ਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋਂ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਮਿਹਰਬਾਨੀ ਰੀਨਾ ਜੀ ਜੀ ਢਿੱਲੋਂ ਜੀ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਸੁਰੱਖਿਆ ਖਾਮੀਆਂ ਨੂੰ ਲੈ ਕੇ ਸੁਰੱਖਿਆ ਖਾਮੀਆਂ ਦੀ ਘਟਨਾ ਨੂੰ ਬੇਲੋੜੀ ਜਿਹੜੀ ਕਿ ਤੂਲ ਦੇਣਾ ਮੰਦ ਭਾਗਾ ਇਹ ਕਹਿਣਾ ਰਾਮੋ ਵਾਲੀਏ ਦਾ ਦੇਖੋ ਜਿਹੜੇ ਬਲਵੰਤ ਸਿੰਘ ਰਾਮੂ ਵਾਲੀਆ ਨੇ ਕੌਮੀ ਆਗੂ ਨੇ ਜੀ ਉਹ ਕੇਂਦਰ ਦੇ ਵਿੱਚ ਵਜીર ਵੀ ਰਹੇ ਨੇ ਯੂਪੀ ਦੇ ਵਿੱਚ ਅਕਲੇਸ਼ ਸਰਕਾਰ ਦੀ ਪਿਛਲੀ ਦੇ ਵਿੱਚ ਜੇਲ੍ਹ ਮੰਤਰੀ ਸੀਗੇ ਜੀ ਉਹਨਾਂ ਦਾ ਕਹਿਣਾ ਕਿ ਇਹਨੂੰ ਜਾਣ ਬੁੱਝ ਕੇ ਤੁਲਨਾ ਨਾ ਦਿਓ ਸਿਆਸੀ ਕਾਰਨਾ ਕਰਕੇ ਹੂੰ ਸਿਆਸਤ ਕਰਨ ਦੇ ਬਹੁਤ ਮੰਚ ਹੈਗੇ ਨੇ ਜਿੱਥੇ ਕੀਤੀ ਜਾ ਸਕਦੀ ਹੈ ਪਰ ਜਿੱਥੇ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੋਵੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਮਾਮਲਾ ਹੋਵੇ ਜਾਂ ਕਿਸੇ ਹੋਰ ਆਗੂ ਦੀ ਸੁਰੱਖਿਆ ਦਾ ਮਾਮਲਾ ਹੋਵੇ ਉਹਨੂੰ ਸਿਆਸਤ ਦੀ ਭੇਟ ਨਾ ਹੀ ਚੜਾਉਂ ਤਾਂ ਚੰਗਾ ਹੈ ਜੀ ਉਹਨਾਂ ਦਾ ਕਹਿਣਾ ਹੈ ਕਿ ਇਹ ਮਤਭਾਗ ਹੈ ਹਮ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਰਾਜਨੀਤੀ ਵਾਸਤੇ ਸਾਡੇ ਕੋਲੇ ਬਹੁਤ ਮੰਚ ਹੈ ਜੀ ਬਹੁਤ ਕੰਮ ਪਿਆ ਹੈ ਹਮ ਉਹ ਕਹਿੰਦੇ ਕਿ ਪ੍ਰਧਾਨ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਇਸ ਤੋਂ ਪਹਿਲਾਂ ਕਿਸੇ ਨੇ ਕੀ ਆਈ ਨਹੀਂ ਹਮ ਕਿ ਜਿਵੇਂ ਸਾਰਾ ਕੁਝ ਹੁਣ ਹੋਇਆ ਜਿਹੜਾ 7 ਸਾਲ ਬਾਜਪਾਈ ਸਾਹਿਬ ਦਾ ਸਮਾਂ ਲੰਘਿਆ ਉਹ ਵੀ ਪ੍ਰਧਾਨ ਮੰਤਰੀ ਸਾਹਿਬ ਆਪ ਦੇ ਖਾਤੇ 'ਚ ਹੀ ਪਾ ਲੈਂਦੇ ਨੇ ਵੀ ਉਦੋਂ ਵੀ ਕੋਈ ਕਮੀ ਨਹੀਂ ਹੋਇਆ ਹੂੰ ਪ੍ਰਧਾਨ ਮੰਤਰੀ ਹੋਣ ਹੋਰ ਆਗੂ ਹੋਣ ਜੀ ਉਹਦੀ ਜਿੰਨਾ ਵਾਰ ਜੀ ਨੁਕਤਾ ਚ ਨਹੀਂ ਕਰੋ ਸਾਡਾ ਹੱਕ ਹੈ ਸੰਵਿਧਾਨ ਹੱਕ ਦਿੰਦਾ ਹੈ ਬਿਲਕੁਲ ਜੀ ਜਿਵੇਂ ਕਿਸਾਨਾਂ ਨੇ ਉੱਥੇ ਪ੍ਰਦਰਸ਼ਨ ਕੀਤਾ ਉਹ ਕਹਿੰਦੇ ਸਾਡਾ ਸੰਵਿਧਾਨਕ ਹੱਕ ਹੈ ਹੂੰ ਸੋ ਜਦੋਂ ਆਪਦੇ ਤੇ ਆਵੇ ਤਾਂ ਉਦੋਂ ਸੰਵਿਧਾਨ ਪਾਸੇ ਕਿਉਂ ਹੋ ਜਾਂਦਾ ਹੈ ਹੂੰ ਇਹੀ ਗੱਲ ਰਾਮੂ ਵਾਲਿਆ ਸਾਹਿਬ ਨੇ ਕਹੀ ਹੈ ਹੂੰ ਰਾਮੂ ਵਾਲਿਆ ਸਾਹਿਬ ਕਹਿੰਦੇ ਕਿ ਸਾਨੂੰ ਇਸ ਤਰ੍ਹਾਂ ਦੇ ਤੂਲ ਨਹੀਂ ਦੇਣੇ ਚਾਹੀਦੇ ਇਹਦੇ ਨਾਲ ਹੀ ਤਿੰਨ ਬਹੁਤ ਵੱਡੇ ਵੱਡੇ ਆਗੂ ਨੇ ਅਰੀਨਾ ਜੀ ਜੀ ਇੱਕ ਹੈਗੇ ਨੇ ਸੁਦੀਪ ਲਖਟਕੀਆ ਇਹ ਐਨਐਸਜੀ ਦੇ ਸਾਬਕਾ ਡਾਇਰੈਕਟਰ ਜਨਰਲ ਰਹੇ ਨੇ ਐਨਐਸ ਜੀ ਦੇ ਨੈਸ਼ਨਲ ਸਿਕਿਉਰਟੀ ਜਿਹੜਾ ਗਰੁੱਪ ਹੈ ਜੀ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਦਾ اوਪੀ ਸਿੰਘ ਜੀ ਐਜੂਪੀ ਦੇ ਸਾਬਕਾ ਡੀਜੀਪੀ ਨੇ ਹੂੰ ਇਸੇ ਤਰ੍ਹਾਂ ਐਕਸ ਡੀਜੀਪੀ ਸਿਕਮ ਜਿਨ੍ਹਾਂ ਦਾ ਕਾਫੀ ਸਮਾਂ ਜਿਹੜਾ ਹੈਗਾ ਉਹ ਲਗਭਗ ਤਿੰਨ ਦਹਾਕਿਆਂ ਦਾ ਇੰਟੈਲੀਜੈਂਸ ਬਿਊਰੋ ਦਾ ਕਾਰਜਕਾਲ ਰਿਹਾ ਇਹ ਹੈਗੇ ਨੇ ਅਬਰਾਸ਼ ਮੋਨਾਨੇ ਜੀ ਮੋਨਾਨੇ ਇਹ ਸਿਕਮ ਦੇ ਵੀ ਡੀਜੀਪੀ ਰਹੇ ਨੇ ਇਤਨੇ ਬੜੇ ਸੀਨੀਅਰ ਕੱਦ ਦੇ ਅਧਿਕਾਰੀ ਨੇ ਇਹਨਾਂ ਨੇ ਕਿਹਾ ਕਿ ਇੰਜ ਲੱਗਦਾ ਹੈ ਕਿ ਐਨਐਸਜੀ ਤੇ ਰਾਜ ਦੀਆਂ ਜਿਹੜੀਆਂ ਸੁਰੱਖਿਆ ਪੁਲਿਸ ਸੀਗੀ ਪੰਜਾਬ ਦੀ ਜੀ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਤਾਲਮੇਲ ਦੀ ਆਪਸੀ ਘਾਟ ਦਿਖਣ ਨੂੰ ਮਿਲੀ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਸੀ ਜੀ ਇਹ ਗੱਲ ਅਸੀਂ ਵੀ ਮਹਿਸੂਸ ਕਰਦੇ ਆਂ ਪਹਿਲੀ ਗੱਲ ਪ੍ਰਧਾਨ ਮੰਤਰੀ ਸਾਹਿਬ ਨੂੰ ਸੜਕੀ ਰਸਤੇ ਕਿਹਨੇ ਆਖਿਆ ਹੂੰ ਪੰਜ ਦਿਨ ਪਹਿਲਾਂ ਐਨਐਸਜੀ ਨੇ ਆ ਕੇ ਕਮਾਂਡ ਸਾਰੀ ਸੁਭਾਲ ਲਈ ਸੀ ਹੂੰ ਤੇ ਜਿਹੜੀ ਰਾਜ ਦੀ ਪੁਲਿਸ ਫੋਰਸ ਹੁੰਦੀ ਹੈ ਜੀ ਇਹ ਤਾਂ ਉਹਨਾਂ ਦੀ ਅਸਿਸਟੈਂਸ ਕਰਦੀ ਐ ਸਹਾਇਤਾ ਕਰਦੀ ਐ आदेश ਤਾਂ एनएसजी ਦਾ ਚੱਲਦਾ ਹੈ ਬਿਲਕੁਲ ਜੀ ਆਦੇਸ਼ ਤਾਂ ਐਨਐਸਜੀ ਐਨਐਸਜੀ ਦੇ ਮੁਤਾਬਕ ਹੁੰਦਾ ਹੈ ਹਮ ਆਦੇਸ਼ ਤਾਂ ਮਤਲਬ ਸਾਰੇ ਦਾ ਸਾਰਾ ਐਨਐਸਜੀ ਤੇ ਆਈਬੀ ਦਾ ਹੁੰਦਾ ਹੈ ਉਹਨਾਂ ਨੇ ਤਾਂ ਸਿਰਫ ਅਸਿਸਟੈਂਸ ਕਰਨੀ ਹੁੰਦੀ ਹੈ ਜੋ ਉਹ ਕਹਿ ਦਿੰਦੇ ਨੇ ਕਿ ਆਹ ਸਾਰਾ ਕੁਝ ਕਰੋ ਹਮ ਇੱਕ ਦਿਨ ਪਹਿਲਾਂ ਇਹਨਾਂ ਨੇ ਉੱਥੇ ਅਭਿਆਸ ਵੀ ਕੀਤਾ ਸੀ ਜਿਹਨੂੰ ਅੰਗਰੇਜ਼ੀ ਦੇ ਵਿੱਚ ਰਿਹੈਸਲ ਕਹਿੰਦੇ ਆ ਜੀ ਪੰਜਾਬੀ ਦਾ ਸ਼ਬਦ ਅਭਿਆਸ ਹੈ ਜਿਵੇਂ ਹੁਣ 26 ਜਨਵਰੀ ਆ ਰਹੀ ਹੈ ਨਾ 26 ਜਨਵਰੀ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਜਾਂ 15 ਅਗਸਤ ਤੋਂ ਦੋ ਦਿਨ ਪਹਿਲਾਂ ਫੁੱਲ ਡਰੈਸ ਪੂਰੀ ਪੋਸ਼ਾਕ ਪਾ ਕੇ ਖੂਬ ਹੂ ਜਿਵੇਂ 26 ਜਨਵਰੀ ਤੇ ਹੋਣਾ ਹੈ ਉਦੋਂ ਡੀਸੀ ਤੇ ਐਸਐਸਪੀ ਉਹਦੀ ਅਭਿਆਸ ਕਰਦੇ ਨੇ ਤਾਂ ਜੋ ਕੋਈ ਜੇ ਉਨਤਾਈ ਹੋਵੇ ਉਹ ਕੱਢੀ ਜਾ ਸਕੇ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਸਾਹਿਬ ਨੇ ਪੰਜ ਨੂੰ ਆਉਣਾ ਸੀ 4 ਤਰੀਕ ਨੂੰ ਐਨਐਸਜੀ ਆਈਬੀ ਬੀਐਸਐਫ ਪੰਜਾਬ ਪੁਲਿਸ ਜੀ ਇਹਨਾਂ ਨੇ ਉੱਥੇ ਅਭਿਆਸ ਕੀਤਾ ਜਿਹੜੀ ਗੱਲ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਸਾਡੇ ਕੋਲੇ ਜਿਹੜਾ ਪ੍ਰੋਗਰਾਮ ਆਇਆ ਹੈ ਉਹਦੇ ਵਿੱਚ ਕਿਦਰੇ ਵੀ ਸੜਕੀ ਰਸਤੇ ਦਾ ਜ਼ਿਕਰ ਨਹੀਂ ਹੈਗਾ ਜੀ ਇਹੋ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਬਠਿੰਡੇ ਹਵਾਈ ਅੱਡਾ ਜਿਹੜਾ ਭਿੱਸੀ ਆ ਨਾ ਉਹਦੇ ਤੇ ਉਹਨਾਂ ਦਾ ਜਿਹੜਾ ਵੱਡਾ ਜਹਾਜ਼ ਹੈ ਜਿਹਦੀ ਨਕਲ ਕੀਤੀ ਆ ਉਹਦੀ 트럼ਪ ਸਾਹਿਬ ਦੀ ਉਹਦੇ ਰਾਹੀਂ ਆਉਣਗੇ ਉਸ ਤੋਂ ਬਾਅਦ ਉਹ ਜਿਹੜਾ ਐਮ 17 ਚਾਪਰ ਹੈ ਜੀ ਉਹਦੇ ਵਿੱਚ ਉੱਥੇ ਜਾਣਗੇ ਹੁਣ ਇਹ ਗੱਲ ਕਿਉਂ ਛਪਾਈ ਜਾ ਰਹੀ ਆ ਕਿ ਉੱਥੇ ਬੰਦਾ ਤਾਂ 5-700 ਸੀ 700 ਨਹੀਂ ਹੋਊਗਾ 7000 ਹੋਊਗਾ ਚਲੋ ਆਪਾਂ ਹੋਰ ਵਧਾ ਲੈਨੇ ਆ ਹੂੰ ਪਰ ਜਿੱਥੇ ਕਿਹਾ ਇਹ ਜਾ ਰਿਹਾ ਕਿ 70000 ਕੁਰਸੀ ਲੱਗੀ ਹੈ ਤੇ ਬੰਦਾ 54000 ਹੋਵੇ ਇਹਦਾ ਮਤਲਬ ਭਾਰਤੀ ਜਨਤਾ ਪਾਰਟੀ ਦੇ ਇਹ ਆਗੂ ਨੇੜੇ ਤੇੜਿਓਂ ਵੀ ਬੰਦੇ ਇਕੱਠੇ ਨਹੀਂ ਕਰ ਸਕੇ ਬਿਲਕੁਲ ਜੀ ਇਹ ਮੌਸਮ ਦਾ ਅਸਰ ਵੀ ਕਹਿ ਸਕਦੇ ਆ ਹਮ ਕਿਸਾਨਾਂ ਦੀ ਵਿਰੋਧ ਤਾਂ ਜਦੋਂ 4 ਦਿਨ ਹਫਤਾ ਪਹਿਲਾਂ ਕਿਸਾਨਾਂ ਨੇ ਇਹ ਕਹਿਤਾ ਸੀ ਕਿ ਅਸੀਂ ਪ੍ਰਧਾਨ ਮੰਤਰੀ ਦਾ ਵਿਰੋਧ ਕਰਾਂਗੇ ਹਮ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਸਥਾਨਕ ਆਗੂ ਪੰਜਾਬ ਨਾਲ ਸੰਬੰਧਿਤ ਜੀ ਜਿਹੜੇ ਕਦੇ ਕਿਤੇ ਮੈਮੋਰੰਡਮ ਦੇਣ ਚੱਲੇ ਨੇ ਕਿੱਥੇ ਚੱਲੇ ਨੇ ਇਹਨਾਂ ਦਾ ਫਰਜ ਮੰਨਦਾ ਸੀ ਕਿ ਕਿਸੇ ਤਰੀਕੇ ਦੇ ਨਾਲ ਭਾਵੇਂ ਸਰਕਾਰ ਨੂੰ ਨਾਲ ਲੈ ਕੇ ਕਿਸਾਨਾਂ ਨਾਲ ਗਲਬਤ ਕੀਤੀ ਜਾਂਦੀ ਹੈ ਹਮ ਕਿਸਾਨਾਂ ਦਾ ਪ੍ਰਧਾਨ ਮੰਤਰੀ ਦੇ ਰਾਹ ਰੋਕਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਕਿਸੇ ਜਥੇਬੰਦੀ ਨੇ ਨਹੀਂ ਦਿੱਤਾ ਜੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਪ੍ਰਧਾਨ ਮੰਤਰੀ ਦਾ ਪ੍ਰੋਟੈਸਟ ਕਰਾਂਗੇ ਹਮ ਕਾਲੇ ਝੰਡੇ ਮੁਰਦਾਬਾਦ ਪੁਤਲੇ ਸਾੜਨਾ ਉਹ ਵੀ ਡੀਸੀ ਦਫ਼ਤਰਾਂ ਦੇ ਅੱਗੇ ਜਾ ਕੇ ਜੀ ਉਹਨਾਂ ਦਾ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਸੀ ਹੂੰ ਪ੍ਰਧਾਨ ਮੰਤਰੀ ਸਾਹਿਬ ਦਾ ਤਿੰਨ ਉਥੇ ਘੱਟੋ-ਘੱਟ ਹੈਲੀਪੈਡ ਬਣਾਏ ਗਏ ਸੀ ਜੀ ਤਾਂ ਇਹ ਜਿਹੜੇ ਤਿੰਨੋਂ ਵੱਡੇ ਅਧਿਕਾਰੀ ਨੇ ਹੂੰ ਇਹਨਾਂ ਦਾ ਇਹ ਮੰਨਣਾ ਹੈ ਕਿ ਐਨਐਸਜੀ ਆਈਬੀ ਬੀਐਸਐਫ ਤੇ ਪੰਜਾਬ ਪੁਲਿਸ ਦੇ ਆਪਸੀ ਤਾਲਮੇਲ ਦੇ ਵਿੱਚ ਕਿਤੇ ਨਾ ਕਿਤੇ ਕਮੀ ਰਹੇਗੀ ਜੀ ਹੁਣ ਇਹ ਗੱਲ ਕਿਉਂ ਨਹੀਂ ਕੀਤੀ ਜਾਂਦੀ ਕਿ ਜੇ ਨੌਇਡਾ ਦੇ ਵਿੱਚ ਪ੍ਰਧਾਨ ਮੰਤਰੀ 2 ਘੰਟੇ ਗੱਡੀ 'ਚ ਬਹਿ ਸਕਦੇ ਆ ਹੂੰ ਉਦੋਂ ਨਾਲ ਕੋਈ ਜਾਂਚ ਕੀਤੀ ਤੁਸੀਂ ਉਦੋਂ ਨਹੀਂ ਸੁਰੱਖਿਆ ਦੇ ਵਿੱਚ ਬ੍ਰੇਕ ਲੱਗੀ ਜੀ ਇਹ ਪੰਜਾਬ ਦੇ ਵਿੱਚ ਆ ਕੇ ਕਿਉਂ ਕੀਤਾ ਜਾ ਰਿਹਾ ਬੱਚੇ ਬੱਚੇ ਦੇ ਇਹ ਗੱਲ ਗਲੇ 'ਚੋਂ ਉਤਰਦੀ ਨਹੀਂ ਹੂੰ ਕਿ ਉਹ ਪ੍ਰਧਾਨ ਮੰਤਰੀ ਜਿਹੜਾ ਆਪਣੀ ਜਿੱਦ ਪਗਾਉਣ ਲਈ ਜਿਹੜਾ ਜਾਣਿਆ ਜਾਂਦਾ ਜੀ ਕਿਸਾਨਾਂ ਨੇ ਉਹਨੂੰ ਝੁਕਾ ਲਿਆ ਹੂੰ ਕਸਾਨਾਂ ਨੇ ਆਪਦੇ ਕਾਨੂੰਨ ਵਾਪਸ ਕਰਾਲੇ ਪ੍ਰਧਾਨ ਮੰਤਰੀ ਦੇ ਮਨ ਦੇ ਵਿੱਚ ਔਰੰਜਿਸ ਸੀ ਜੀ ਅਜੀਬ ਹੀ ਹੈ ਜੇ ਚੰਗਾ ਹੁੰਦਾ ਇਹ ਪਹਿਲਾਂ ਐਲਾਨ ਕਰਕੇ ਪ੍ਰਧਾਨ ਮੰਤਰੀ ਸਾਹਿਬ ਬਾਤ ਚਾਉਂਦੇ ਆ ਜਿਹੜੇ ਨੀ ਪੱਤਰ ਇੱਥੇ ਰੱਖੇ ਨੇ ਸੀ ਮੇਰਾ ਖਿਆਲ ਦੇਸ਼ ਦੇ ਸੰਕੜੇ ਨਹੀਂ ਪੱਤਰ ਨੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਵਰਚੁਅਲ ਦਿੱਲੀ ਤੋਂ ਵੇਕੀ ਕਰ ਦਿੰਦੇ ਨੇ ਹੂੰ ਬਿਲਕੁਲ ਜੀ ਤੇ ਫਿਰ ਇੱਥੇ ਕਿਹੜੀ ਗੱਲ ਸੀ ਜਿਹੜੀ ਪੰਜਾਬ ਉਥੋਂ ਦਿੱਲੀ ਤੋਂ ਨਹੀਂ ਕੀਤੀ ਜਾ ਸਕਦੀ ਸੀ ਉਹ ਪਹਿਲਾਂ ਖੁੱਲੇ ਦਿਲ ਨਾਲ ਐਲਾਨ ਕਰਦੇ ਫੇਰ ਆਉਂਦੇ ਇੱਥੇ ਬਿਲਕੁਲ ਜੀ ਹੁਣ ਵੀ ਕਈ ਆਗੂ ਭਾਰਤੀ ਜਨਤਾ ਪਾਰਟੀ ਦੇ ਅਜੇ ਵੀ ਕਾਹੇ ਰਹੇ ਨੇ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਦੌਰਾ ਰੱਦ ਹੋਇਆ ਹੈ ਇਹ ਅੱਗੇ ਪਿਆ ਹੈ ਉਹ ਫੇਰ ਆਉਣਗੇ ਚੋਣਾਂ ਹੈਗੀਆਂ ਨੇ ਪੰਜਾਬ ਦੀਆਂ ਉਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦਾ ਹੱਕ ਬਣਦਾ ਆਪਣੀ ਪਾਰਟੀ ਲਈ ਆ ਕੇ ਇੱਥੇ ਚੋਣਾਂ ਲੜਨੀਆਂ ਨਾਲੇ ਇਹਨਾਂ ਨੂੰ ਹੁਣ ਹੋਰ ਜ਼ਿਆਦਾ ਭੀੜ ਜਟਾਉਣ ਵਾਸਤੇ ਮੌਕਾ ਮਿਲ ਜੂਗਾ ਬਿਲਕੁਲ ਇਹ ਆਉਣ ਵਾਲਾ ਸਮਾਂ ਦੱਸੇਗਾ ਜੀ ਜੀ ਅਰਟਿਲੋਜੀ ਭਗਵਾਨ ਤੁਮਾਨ ਦੇ ਵੱਲੋਂ ਜਿਹੜਾ ਕਿ ਚੰਨੇ ਸਰਕਾਰ ਨੂੰ ਘੇਰਿਆ ਤੇ ਉਹਨੇ ਕਿਹਾ ਕਿ ਉਹ ਸਰਕਾਰ ਨਹੀਂ ਬਲਕਿ ਸਰਕਸ ਚਲਾ ਰਹੇ ਨੇ ਦੇਖੋ ਜਿਹੜੇ ਹਰਾਸੀ ਆਗੂ ਨੇ ਇਹਨਾਂ ਨੇ ਇੱਕ ਦੂਜੇ ਦੇ ਉੱਤੇ ਰੀਣਾ ਜਿ ਕੁਸਮਾ ਹੁੰਦਾ ਸੀ ਜਦੋਂ ਕੋਈ ਆਗੂ ਨੁਕਤਾ ਚੀਨੀ ਵੀ ਕਰਦੇ ਸੀ ਨਾ ਤਾਂ ਉਹ ਵੀ ਸਭੇ ਕਪਾਸ਼ਾ ਦੇ ਵਿੱਚ ਕਰਦੇ ਸੀ ਬਿਲਕੁਲ ਜੀ ਇਹਨਾਂ ਨੇ ਬਿਲਕੁਲ ਇੱਕ ਕਿਸਮ ਦਾ ਸਿਆਸਤ ਨੂੰ ਨੀਵੇਂ ਪੱਧਰ ਤੇ ਲੈ ਗਏ ਨੇ ਹੂੰ ਉਹਦੇ ਵਿੱਚੋਂ ਫਿਰ ਇਸ ਤਰ੍ਹਾਂ ਦੀ ਸ਼ਬਦਾਬਲੀ ਆਉਂਦੀ ਹੈ ਕਿ ਬਰਤ ਸ਼ਰਮ ਆਉਂਦੀ ਹੈ ਜਦੋਂ ਇਹਨਾਂ ਦੀ ਗੱਲ ਸੁਣੀ ਜਾਂਦੀ ਹੈ ਹੁਣ ਉਹ ਕਹਿੰਦੇ ਵੀ ਸਰਕਸ ਚਲਾ ਰਹੇ ਨੇ ਸਰਕਸ ਦੇ ਵਿੱਚ ਜਾਨਵਰ ਵੀ ਹੁੰਦੇ ਨੇ ਸਰਕਸ ਦੇ ਵਿੱਚ ਤਾਂ ਉਹ ਜੋਕਰ ਵੀ ਹੁੰਦੇ ਆ ਜਿਹੜੇ ਲੋਕਾਂ ਦਾ ਮਨੋਰੰਜਨ ਕਰਦੇ ਨੇ ਬਿਲਕੁਲ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਤਿੰਨ ਪਾਰਟੀਆਂ ਨੇ ਮੇਨ ਇੱਥੇ ਪੰਜਾਬ ਦੇ ਵਿੱਚ ਉਹਨਾਂ ਦੇ ਤਿੰਨਾਂ ਦੇ ਪ੍ਰਧਾਨ ਜਿਹੜੇ ਹੈਗੇ ਨੇ ਉਹ ਕਮੇਡੀਅਨ ਨੇ ਜਿਦੇ ਵਿੱਚੋਂ ਇੱਕ ਭਗਵੰਤ ਮਾਨ ਦੂਜਾ ਨਵਜੋਤ ਸਿੰਘ ਸਿੱਧੂ ਤੇ ਤੀਜਾ ਅਕਾਲੀ ਦਲ ਦਾ ਪ੍ਰਧਾਨ ਸੁਖਵੀਰ ਚੋ ਬਾਦਲ ਜੀ ਇਹ ਤਿੰਨ ਜਿਹੜੇ ਹੈਗੇ ਨੇ ਵੱਡੇ ਵੱਡੇ ਕਮੇਡੀਅਨ ਨੇ ਇਤੋਂ ਵੱਡਾ ਕਮੇਡੀਅਨ ਕੋਈ ਲੱਭਦਾ ਹੀ ਨਹੀਂ ਹੂੰ ਸੋ ਇਹਨਾਂ ਦਾ ਮੂੰਹ ਫੜ ਨਹੀਂ ਲੈਣਾ ਤਾਂ ਜਿਹੜੀ ਗੱਲ ਕਰ ਭਗਵੰਤ ਮਾਨ ਨੇ ਕਹੀ ਹੈ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਦੀਆਂ ਜਿੰਨੇ ਆਗੂ ਨੇ ਕਾਂਗਰਸ ਦੇ ਇਹਨਾਂ ਦੇ ਵੱਖ-ਵੱਖ ਦਸ਼ਾਵਾਂ ਵੱਲ ਮੂੰਹ ਨੇ ਇਹ ਇੱਕਜੁੱਟਤਾ ਨਹੀਂ ਹੈਗੀ ਆ ਇਹਦਾ ਫਿਕਰ ਮੇਰਾ ਘੱਲ ਭਗਵੰਤ ਮਾਨ ਨੂੰ ਨਹੀਂ ਕਰਨਾ ਚਾਹੀਦਾ ਉਹ ਆਪਣੀ ਪਾਰਟੀ ਦਾ ਫਿਕਰ ਕਰੇ ਜਿੱਥੇ ਪਤਾ ਹੀ ਨਹੀਂ ਕਿ ਆਗੂ ਹੈ ਕੌਣ ਕਿਹੜਾ ਆਗੂ ਹੈ ਸਿਰਫ ਅਰਵਿੰਦ ਕੇਜਰੀਵਾਲ ਜਿੱਦਾਂ ਆਉਂਦਾ ਉਸ ਦਿਨ ਇਹ ਕਬੱਡੀ ਪਾ ਕੇ ਤੁਰ ਜਾਂਦਾ ਤੇ ਉਹਨਾਂ ਨੂੰ ਆਪਦੀ ਗੱਲ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਸਾਡੇ ਰਾਸ਼ੀ ਆਗੂਆਂ ਦੇ ਵਿੱਚ ਇਹ ਬਹੁਤ ਵੱਡੀ ਘਾਟ ਪੈ ਗਈ ਹੈ ਜੀ ਉਹ ਦੂਜੇ ਦੀਆਂ ਲਕੀਰਾਂ ਵੱਢ ਕੇ ਆਪਦੀ ਲਕੀਰ ਵੱਡੀ ਕਰਨ ਨੂੰ ਲੱਗੀਆਂ ਵੀਆਂ ਨੇ ਆਪਦੀ ਲਕੀਰ ਤੱਥਾਂ ਦੇ ਆਧਾਰ ਦੇ ਉੱਤੇ ਕੰਮਾਂ ਦੇ ਆਧਾਰ ਦੇ ਉੱਤੇ ਵੱਡਾ ਕਰਨ ਦਾ ਨਹੀਂ ਲੋਚਦੇ ਜੀ ਜੀ ਔਰ ਮੌਸਮ ਦੇ ਵਿੱਚ ਜਿਹੜੀ ਕਿ ਲਗਾਤਾਰ ਤਬਦੀਲੀ ਆ ਰਹੀ ਹੈ ਉਸ ਨੂੰ ਲੈ ਕੇ ਕਸ਼ਮੀਰ ਦੇ ਵਿੱਚ ਭਾਰੀ ਬਰਫਵਾਰੀ ਤੇ ਢਿੱਗਾ ਜਿਹੜੀ ਕਿ ਡਿਗਨ ਦੀ ਚੇਤਾਵਨੀ ਜਿਹੜੀ ਕਿ ਦੇ ਦਿੱਤੀ ਗਈ ਹੈ। ਦੇਖੋ ਜਦੋਂ ਪਿਛਲੀ ਵਾਰੀ ਪੁਲਵਾਮਾ ਹੋਇਆ ਸੀ ਜੀ ਜਦੋਂ CRP ਤੇ ਹਮਲਾ ਹੋਇਆਗਾ ਉਸ ਵੇਲੇ ਵੀ ਤਾਂ ਇਹੋ ਜਿਹਾ ਮੌਸਮ ਹੀ ਸੀ ਨਾ ਆਹੀ ਮੌਸਮ ਤੋਂ ਤਾਂ ਹੁਣ ਵੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਉੱਥੇ ਭਾਰੀ ਬਰਫਵਾਰੀ ਹੋ ਸਕਦੀ ਹੈ। ਲੋਕਾਂ ਦੇ ਮਨ ਦੇ ਵਿੱਚ ਇਹ ਆ ਗਿਆ ਸੀ ਕਿ ਮੌਸਮ ਤਾਂ ਬਸ ਐਵੇਂ ਹੀ ਹੈ। ਖੰਡ ਟੁੰਡ ਦਾ ਪੈਣੀ ਨਹੀਂ ਹਮ ਆਜੋ ਠੰਡ ਪੈ ਰਹੀ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਜੀ ਸੋ ਮੌਸਮ ਵਿਭਾਗ ਨੂੰ ਮੱਦੇ ਨਜ਼ਰ ਰੱਖਣਾ ਚਾਹੀਦਾ ਜਿਹੜਾ ਉਹਦਾ ਬਰਫਵਾਰੀ ਦਾ ਅਸਰ ਹੈ ਉਹ ਮਦਾਨੀ ਇਲਾਕਿਆਂ ਚ ਵੀ ਪੈ ਰਿਹਾ ਹੈ ਜੀ ਅੱਜ ਆਪਣੇ ਪੰਜਾਬ ਦੇ ਵਿੱਚ ਚੌਥਾ ਦਿਨ ਹੋ ਗਿਆ ਜਦੋਂ ਲਗਾਤਾਰ ਮੀਂਹ ਪੈ ਰਿਹਾ ਹੈਗਾ ਔਰ ਅਗਲੇ ਦਿਨਾਂ ਵਿੱਚ ਵੀ ਹੋਰ ਮੀਂਹ ਦੀ ਸੁਭਾਵਨਾ ਜਤਾਈ ਜਾ ਰਹੀ ਹੈ ਹਮ ਸੋ ਮੌਸਮ ਵਿਭਾਗ ਦੀਆਂ ਇਹਨਾਂ ਟਿੱਪਣੀਆਂ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ ਜੀ ਸਾਨੂੰ ਗੰਭੀਰ ਹੋ ਕੇ ਲੈਣਾ ਪਵੇਗਾ ਕਿ ਤਾਂ ਜੋ ਅਗਾਊਂ ਪ੍ਰਬੰਧ ਕੀਤੇ ਜਾ ਸਕਣ ਸਾਡਾ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਆ ਸਾਡੇ ਪੰਜਾਬ ਦੇ ਵਿੱਚ ਹੜ ਆਉਂਦੇ ਆ ਇਹ ਜਾ ਕੇ ਜੁਲਾਈ ਦੇ ਵਿੱਚ ਫੈਲਾ ਕੱਢ ਲੈਂਦੇ ਆ ਸਤੰਬਰ ਦੇ ਵਿੱਚ ਠੱਪ ਦਿੰਦੇ ਆ ਜੀ ਪਾਗਲੇ ਸਾਲ ਫੇਰ ਕੱਢ ਲੈਂਦੇ ਆ ਤੁਸੀਂ ਹੀ ਰੀਨਾ ਹੈਰਾਨ ਹੋਵੋਗੇ ਕਿ ਜਿਹੜੇ ਬੰਦੇ ਤਿੰਨ ਤਿੰਨ ਸਾਲ ਤੋਂ ਸੇਵਾ ਮੁਕਤ ਹੋ ਗਏ ਆ 15 ਅਗਸਤ ਤੇ 26 ਜਨਵਰੀ ਉਹਨਾਂ ਨੂੰ ਵੀ ਸਨੇਹੇ ਭੇਜੀ ਜਾਣਗੇ ਤੁਹਾਡੀ ਡਿਊਟੀ ਸਟੇਡੀਅਮ ਚ ਹੈ ਤੁਹਾਡੀ ਡਿਊਟੀ ਰਸਤੇ ਤੇ ਹੈ ਤੁਹਾਡੀ ਡਿਊਟੀ ਫਲਾਨੇ ਥਾਂ ਤੇ ਹੈ ਜੀ ਮਤਲਬ ਕਦੇ ਕੋਈ ਚੱਜ ਨਾਲ ਰਿਵਿਊ ਕਰਨਾ ਨਹੀਂ ਇਹ ਦੇਖਣਾ ਨਹੀਂ ਜੋ ਸਾਈਕਲੋ ਸਟਾਈਲ ਬਣਿਆ ਹੋਇਆ ਹੈ ਉਹੀ ਜਿਹੜਾ ਹੈਗਾ ਬਾਰ ਬਾਰ ਜਾਰੀ ਕਰੀ ਜਾਂਦੇ ਆ ਆ ਜਿਹੜੇ ਡੀਸੀ ਪਾਬੰਦੀਆਂ ਲਾਉਂਦੇ ਆ ਮੇਰਾ ਖਿਆਲ ਹੈ 50 ਸਾਲ ਹੋ ਗਏ ਉਹੀ ਉਸ ਟੈਂਸਲ ਪਾਇਆ ਵਾ ਨਾਲ ਦੇ ਨਾਲ ਕੱਢ ਦਿੰਦੇ ਆ ਦਸਤਕਤ ਕਰਕੇ ਔਰ ਉਹਦੇ ਤੇ ਕੋਈ ਲਾਗੂ ਹੁੰਦਾ ਕੋਈ ਅਮਲੀ ਜਾਮਾ ਪਹਿਨਾਇਆ ਜਾਂਦਾ ਜੀ ਬਿਲਕੁਲ ਨਹੀਂ ਪਹਿਨਾਇਆ ਜਾਂਦਾ ਸੋ ਮੇਰਾ ਖਿਆਲ ਹੈ ਕਿ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਮੋੜ ਤੋਂ ਵਿਚਾਰ ਹੋਣ ਦੀ ਜ਼ਰੂਰਤ ਹੈ ਜੀ ਢੀਲੋ ਜੀ ਰਾਗਵ ਚੜਨ ਨੂੰ ਜਿਹੜਾ ਕਿ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਾਲੀਆਂ ਝੰਡੀਆਂ ਦਿਖਾਈਆਂ ਉਹਨਾਂ ਨੂੰ ਕਈਆਂ ਨੇ ਚੜੀਆਂ ਇਹ ਜਲੰਧਰ ਸ਼ਹਿਰ ਦੀ ਘਟਨਾ ਹੈ ਜੀ ਜੀ ਜਲੰਧਰ ਸ਼ਹਿਰ ਦੇ ਵਿੱਚ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਇੱਕ ਬੰਦਾ ਲਿਆ ਕੇ ਸ਼ੀਤਲ ਅੰਗਲ ਅੰਗਾਲ ਕਹਿੰਦੇ ਆ ਉਹਨੂੰ ਜੀ ਅੰਗਰਾਲ ਹੂੰ ਉਹ ਰੂ ਭਾਰਤੀ ਜਨਤਾ ਇਹਨਾਂ ਦੇ ਭਾਰਤੀ ਜਨਤਾ ਪਾਰਟੀ ਚੋਂ ਲਿਆ ਕੇ ਆਮ ਆਦਮੀ ਪਾਰਟੀ ਨੇ ਟਿਕਟ ਦੇਤੀ ਤਾਂ ਉੱਥੇ ਕਈ ਜਿਹੜੇ ਪਹਿਲਾਂ ਦੇ ਦਾਵੇਦਾਰ ਸੀ ਉਹ ਰਾਗਵ ਚੱਡੇ ਦੀ ਹਾਜ਼ਰੀ ਦੇ ਵਿੱਚ ਕੱਲ ਭਿੜੇ ਫਿਰ ਚੰਗੀ ਤਰ੍ਹਾਂ ਜੀ ਐਨ ਪੂਰਾ ਉਹ ਕੀਤਾ ਮੇਰਾ ਖਿਆਲ ਹੈ ਕਿ ਭਗਵੰਤ ਮਾਨ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਕਿ ਕਾਂਗਰਸ ਸਰਕਸ ਚ ਚਲਾ ਰਹੀ ਹੈ ਆ ਜਿਹੜਾ ਸਰਕਸ ਦਾ ਨਜ਼ਾਰਾ ਕੱਲ ਜਲੰਧਰ ਚ ਹੋਇਆ ਇਹ ਰਗ ਬਚੜੇ ਤੋਂ ਭਗਵੰਤ ਮਾਨ ਨੂੰ ਵੀ ਪੁੱਛ ਲੈਣਾ ਚਾਹੀਦਾ ਹੈ ਕਿ ਉੱਥੇ ਕੀ ਹੋਇਆ ਸੀ ਕਾਂਗਰਸ ਦਾ ਚਲੋ ਸਰਕਸ ਚਲਾ ਰਹੀ ਹੈ ਮੰਨ ਲੈਣੇ ਤੁਹਾਡੀ ਗੱਲ ਅਸੀਂ ਤੇ ਜਿਹੜਾ ਕੁਝ ਆ ਵਾਪਰਿਆ ਇਹ ਕੀ ਸੀ ਬਿਲਕੁਲ ਜੀ ਜੀ ਟੀਲੋ ਜੀ ਉਗਰਾਹਾਂ ਜਥੇਬੰਦੀਆਂ ਦੇ ਵੱਲੋਂ ਜਿਹੜਾ ਭਾਸ਼ਪਾ ਦੇ ਗੁੰਮਰਾਹਕੋਨ ਪ੍ਰਚਾਰ ਦੀ ਜਿਹੜੀ ਕਿ ਉਹਨਾਂ ਦੇ ਵੱਲੋਂ ਨਿਖੇਧੀ ਕੀਤੀ ਗਈ ਹੈ ਦੇਖੋ ਜਿਹੜੀ ਜਗENDER ਸਿੰਘ ਉਗਰਾਹਣੇ ਸਭ ਤੋਂ ਵੱਡੀ ਜਥੇਬੰਦੀ ਕਿਸਾਨਾਂ ਦੀ ਹੈ ਉਹਨਾਂ ਦੀ ਹੂੰ ਉਹਨਾਂ ਦਾ ਇਹ ਕਹਿਣਾ ਕਿ ਪ੍ਰਧਾਨ ਮੰਤਰੀ ਨੂੰ ਪਹਿਲਾਂ ਬਾੜਾ ਮੋਟਾ ਸਵਿਧਾਨ ਪੜ੍ਹ ਲੈਣਾ ਚਾਹੀਦਾ ਹੈ ਹੂੰ ਅਸੀਂ 1 ਸਾਲ ਥੋੜੀਆਂ ਦਿੱਲੀ ਦੀਆਂ ਹੱਦਾਂ ਤੇ ਬੈਠੇ ਰਹੇ ਇਹ ਦੇਸ਼ ਦੇ ਅੰਨਦਾਤੇ ਵਾਸਤੇ ਕੋਈ ਟਾਈਮ ਨਹੀਂ ਪ੍ਰਧਾਨ ਮੰਤਰੀ ਕੋਲੇ ਜੀ ਉੱਤੇ ਉਹ ਲੋਕ ਵੀ ਬੈਠੇ ਸਨ ਹੂੰ ਜਿਨ੍ਹਾਂ ਦੇ ਸੁਪੁੱਤਰ ਹੱਦਾਂ ਤੇ ਸਰਹੱਦਾਂ ਤੇ ਸ਼ਹੀਦ ਹੋਏ ਔਰ ਆਪਣੇ ਪੁੱਤਰਾਂ ਦਾ ਭੋਗ ਪਾ ਕੇ ਦੁਬਾਰਾ ਫਿਰ ਉੱਥੇ ਆ ਕੇ ਬਹਿ ਗਏ। ਉੱਥੇ ਮਾਤਾ ਮਹਿੰਦਰ ਕੌਰ ਵਰਗੀਆਂ ਔਰਤਾਂ ਵੀ ਬੈਠੀਆਂ ਸੀ ਜਿਨ੍ਹਾਂ ਨੇ ਸੱਪਾਂ ਦੀਆਂ ਸਿਰੀਆਂ ਫੇਕੇ ਆਪਣੇ ਪਤੀ ਦੇ ਨਾਲ ਖੇਤੀ ਧਰਤੀ ਦੀ ਹਿੱਕ ਪਾੜ ਕੇ ਇਹ ਫਸਲ ਉਗਾਈ। ਤੁਹਾਨੂੰ ਯਾਦ ਤਾਂ ਨਹੀਂ ਤੁਸੀਂ ਤਾਂ ਬਾਅਦ ਜਨਮੇ ਹੋ ਜਿਹੜੇ ਲੋਕ ਪੁਰਾਣੇ ਜਨਮੇ ਆ ਉਹਨਾਂ ਨੂੰ ਪਤਾ ਇੱਕ ਪੀਪੀ 18 ਕਣਕ ਆਉਂਦੀ ਹੁੰਦੀ ਸੀ ਰੂਸ਼ ਤੋਂ ਕੈਨੇਡਾ ਤੋਂ ਜੀ ਜੇ ਤਾਂ ਤੁਸੀਂ ਉਹਦੀ ਲੈਂਦੀ ਲੈਂਦੀ ਰੋਟੀ ਖਾ ਲਈ ਹੂੰ ਤਾਂ ਤਾਂ ਖਾਧੀ ਗਈ ਨਹੀਂ ਮੱਕੀ ਦੀ ਰੋਟੀ ਬਗੂ ਉਹ ਪਲੇਟ ਬਣ ਜਾਂਦੀ ਸੀ ਤੇ ਪੰਜਾਬ ਦੇ ਬਹਾਦਰ ਕਿਸਾਨ ਨੇ ਇਹਨਾਂ ਨੂੰ ਬਾਹਰੋਂ ਕਨਕ ਚੌਲ ਬੰਗਣਾ ਹੂੰ ਬੰਦ ਕਰਾਇਆ ਖਜ਼ਾਨੇ ਭੰਡਾਰ ਆ ਜਿਹੜੇ ਦੇਸ਼ ਦੇ ਅੰਨ ਭੰਡਾਰੋਂ ਭਰ ਕੇ ਰੱਖੇ ਜੀ ਇਹਨਾਂ ਨੇ ਉਹਦੀ ਕੋਈ ਕਦਰ ਨਹੀਂ ਪਾਈ ਹੂੰ ਉਗਰਾਹਾਂ ਸਾਹਿਬ ਕਹਿੰਦੇ ਨੇ ਕਿ ਸਾਡਾ ਸੰਵਿਧਾਨ ਦਾ ਹੱਕ ਹੈ ਜੀ ਕਿ ਪ੍ਰਧਾਨ ਮੰਤਰੀ ਹੋਵੇ ਜਾਂ ਉਸ ਤੋਂ ਵੱਡਾ ਕੋਈ ਹੋਵੇ ਉਸ ਦਾ ਵਿਰੋਧ ਕਰਨਾ ਇਹ ਆਪ ਨਹੀਂ ਕਰਦੇ ਹੁੰਦੇ ਸੀ ਜਦੋਂ ਪ੍ਰਧਾਨ ਮੰਤਰੀ ਸਾਹਿਬ ਗੁਜਰਾਤ ਦੇ ਵਿੱਚ ਸੀ ਮਨਮੋਹਨ ਸਿੰਘ ਉੱਥੇ ਗਏ ਸੀ ਉਦੋਂ ਕੀ ਵਾਪਰਿਆ ਸੀ ਉੱਥੇ ਉਹਦੀ ਗੱਲ ਕਿਉਂ ਨਹੀਂ ਯਾਦ ਇਹਨਾਂ ਨੂੰ ਬਿਲਕੁਲ ਜਾਟ ਅੰਦੋਲਨ ਦੇ ਵਿੱਚ ਹਰਿਆਣਾ ਵਿੱਚ ਕੀ ਵਾਪਰਿਆ ਮਨੋਹਰ لال ਖੱਟੜ ਨੂੰ ਕਿਉਂ ਨਹੀਂ ਯਾਦ ਜਦੋਂ ਆਪ ਦੀਆਂ ਸਰਕਾਰਾਂ ਨੇ ਤਾਂ ਸਾਰੇ 100 ਕੂੜ ਮਾਫ਼ ਜੇ ਦੂਜੀ ਪਾਰਟੀ ਦੀਆਂ ਸਰਕਾਰਾਂ ਨੇ ਦਾ ਖਾਟ ਖੜੀ ਕਰ ਦਿਓ ਇਸ ਕਰਕੇ ਜਿਹੜੀਆਂ ਲੋਕਤੰਤਰੀ ਰਵੇਤੀ ਕਦਰਾਂ ਕੀਮਤਾਂ ਸੀਗੀਆਂ ਉਹ ਕਦਰਾਂ ਕੀਮਤਾਂ ਇਹਨਾਂ ਰਾਜ ਸੀ ਲੋਕਾਂ ਨੇ ਗਵਾਲੀਆਂ ਜੀ ਇਹ ਸਿਰਫ ਤੇ ਸਿਰਫ ਇੱਕ ਦੂਜੇ ਨੂੰ ਮਿੱਧ ਕੇ ਉਹਦੀ ਲਕੀਰ ਛੋਟੀ ਕਰਕੇ ਆਪਣੇ ਆਪ ਨੂੰ ਮਹਾਨ ਕਹਿਣਾ ਚਾਹੁੰਦੇ ਨੇ ਉਹ ਕਹਿੰਦੇ ਕਿ ਸਾਡਾ ਪੂਰਾ ਹੱਕ ਹੈ ਕਿਸੇ ਦਾ ਵਿਰੋਧ ਕਰਨਾ ਅਸੀਂ ਰੈਲੀ ਦੇ ਵਿੱਚ ਜਾ ਕੇ ਵੀ ਵਿਰੋਧ ਕਰ ਸਕਦੇ ਸੀ ਕਿਉਂਕਿ ਸਾਡਾ ਹੱਕ ਹੈ ਪਰ ਕਿਸੇ ਕਿਸਾਨ ਜਥੇਬੰਦੀ ਨੇ ਰਸਤਾ ਰੋਕਣ ਦੀ ਕੋਈ ਗੱਲ ਨਹੀਂ ਸੀ ਕਹੀ ਇਹ ਉੱਥੋਂ ਦਾ ਜਿਹੜਾ ਐਸਐਸਪੀ ਹੈ ਜਿਹੜਾ ਫਿਰੋਜ਼ਪੁਰ ਦਾ ਜੀ ਹਰਮਨਦੀਪ ਸਿੰਘ ਹੰਸ ਉਹਨੂੰ ਦੱਸਣਾ ਚਾਹੀਦਾ ਹੈ ਕਿ ਇਹ ਰਸਤੇ ਦੇ ਵਿੱਚ ਇੱਕੇ ਦਮ ਤੋਂ ਵਹਿ ਨਹੀਂ ਗਏ ਅੱਧਾ ਪੌਣਾ ਘੰਟਾ ਪਹਿਲਾਂ ਵਹਿ ਗਏ ਹੋਣਗੇ ਉਹ ਕਹਿੰਦੇ ਅਸੀਂ ਬਥੇਰਾ ਕਿਹਾ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਬਦਲ ਕੇ ਫਲਾਣੇ ਰਸਤੇ ਤੋਂ ਲੈ ਜਾਓ ਹੂੰ ਉਹ ਨਹੀਂ ਬੰਨਿਆ ਗਿਆ ਤੇ ਜ਼ਿੰਮੇਵਾਰ ਫਿਰ ਪੰਜਾਬ ਪੁਲਿਸ ਹੈ ਜੀ ਸੋ ਉਗਰਾਹਤ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਹ ਕਹਿੰਦੇ ਅਸੀਂ ਤਾਂ ਅੱਗੇ ਨੂੰ ਵੀ ਵਿਰੋਧ ਕਰਾਂਗੇ ਫੇਰ ਦੱਸੋ ਹੂੰ ਸੋ ਸਮਾ ਦੱਸੇਗਾ ਕਿ ਇਹ ਜਿਹੜਾ ਸਾਰਾ ਕੁਝ ਹੈ ਘੱਟ ਗਿਣਤੀਆਂ ਦੇ ਉੱਤੇ ਵੱਧ ਗਿਣਤੀਆਂ ਦੀਆਂ ਵੋਟਾਂ ਨੂੰ ਆਕਰਸ਼ਿਤ ਕਰਨਾ ਇਸ ਵੇਲੇ ਜੌਨ ਲੱਗੇ ਨੇ ਹਵਣ ਕਰਨ ਦੁਜਾ ਕਰਨ ਤੀਜਾ ਕਰਨ ਤਾਂ ਕਿ ਉਹ ਵੋਟਾਂ ਜਿਹੜੀਆਂ ਪਾਸੇ ਖਿਸਕਦੀਆਂ ਨਜ਼ਰ ਆ ਰਹੀਆਂ ਸਨ ਉਹਨਾਂ ਨੂੰ ਮੁੜ ਕੇ ਇੱਕ ਧਿਰ ਵਾਸਤੇ ਕਨਸੋਲੀਡੇਟ ਕਰ ਲਿਆ ਜਾਵੇ ਜੀ ਢਿੱਲੋ ਜੀ ਇੱਕ ਸਵਾਲ ਹੈ ਵੱਡਾ ਜਿਹੜਾ ਕਿ ਜੇਕਰ ਪ੍ਰਸ਼ਾਸਨ ਜਿਹੜਾ ਕਿ ਸੌਰੀ ਜਿਹੜਾ ਕਿ ਰਾਸ਼ਟਰਪਤੀ ਸ਼ਾਸਨ ਹੈ ਜਿਹੜਾ ਉਹ ਲਾਗੂ ਹੁੰਦਾ ਤਾਂ ਜਿਹੜੇ ਚੋਣਾਂ ਆ ਰਹੀ ਨੇ ਉਸ ਤੇ ਕੀ ਇਸ ਦਾ ਅਸਰ ਜਿਹੜਾ ਕਿ ਪੈ ਸਕਦਾ ਦੇਖੋ ਇਹ ਹੁੰਦਾ ਜੀ ਚੋਣਾਂ ਹੋ ਸਕਦਾ ਹੈ ਚਾਰ ਰਾਜਾਂ ਚ ਕਰਾ ਲੈ ਜੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਦਨ ਕਿਉਂਕਿ ਇਹਨਾਂ ਦੇ ਅਨਕੂਲ ਨਹੀਂ ਇਹਨਾਂ ਨੂੰ ਮੈਨੂੰ ਨਹੀਂ ਲੱਗਦਾ ਕਿ 5-4 ਸੀਟਾਂ ਤੋਂ ਵੱਧ ਇਹਨਾਂ ਨੂੰ ਮਿਲਣਗੇ ਭਾਵੇਂ ਕੈਪਟਨ ਮਰਿੰਦਰ ਸਿੰਘ ਨਾਲ ਆਗੇ ਨੇ ਜਾਂ ਕੋਈ ਹੋਰ ਆ ਗਿਆ ਉਹ ਰਾਸ਼ਟਰਪਤੀ ਰਾਜ ਲਾ ਕੇ ਰਾਜਪਾਲ ਦੇ ਜਰਗੇ ਇਹ ਕੁਝ ਨਾ ਕੁਝ ਪੰਜਾਬ ਦੀ ਕੋਈ ਮੰਗ ਮੰਨ ਲੈਣ ਜੀ ਉਹਨੇ ਕੁ ਦਿਨ ਇਹ ਜਿਹੜੇ ਭਾਜਪਾਈ ਨੇ ਇਹਨਾਂ ਦੀ ਫਿਰ ਡੀਸੀ ਤੇ ਐਸਐਸਪੀਆਂ ਕੋਲੇ ਪਹੁੰਚ ਸਿੱਧੀ ਹੋ ਜੇਗੀ ਹੂੰ ਸੋ ਇੰਨਾ ਕ ਫਰਕ ਪੈਣਾ ਦੂਜੀ ਚੀਜ਼ ਉਦੋਂ ਫਿਰ ਰਾਜਸੀ ਜਿਹੜੀਆਂ ਦੂਜੀ ਪਾਰਟੀਆਂ ਨੇ ਜਿਵੇਂ ਚੰਨੀ ਸਾਹਿਬ ਪ੍ਰਧਾਨ ਮੰਤਰੀ ਮੁੱਖ ਮੰਤਰੀ ਨੇ ਇਸ ਵੇਲੇ ਉਹ ਫਿਰ ਸਾਰਾ ਕੁਝ ਖਤਮ ਹੋ ਜਾਵੇਗਾ ਇਹ ਕਾਂਗਰਸ ਤੇ ਦੂਜੇ ਆਮ ਅਕਾਲੀ ਵਗੈਰਾ ਵਗੈਰਾ ਸਾਰੇ ਆਮ ਬੰਦਿਆਬਾਂਗ ਰਹਿ ਜਾਣਗੇ ਜੀ ਪਰ ਇਸ ਦਾ ਜਿਹੜੇ ਆਮ ਲੋਕ ਨੇ ਉਹਨਾਂ ਤੇ ਤਾਂ ਨਹੀਂ ਇਸ ਦਾ ਕੋਈ ਅਸਰ ਪਾਉਂਦਾ ਨਹੀਂ ਉਸ ਤਰ੍ਹਾਂ ਦਾ ਤਾਂ ਕੋਈ ਅਸਰ ਨਹੀਂ ਪੈਂਦਾ ਉਦੋਂ ਜਿਹੜੀਆਂ ਸ਼ਕਤੀਆਂ ਹੁੰਦੀਆਂ ਨੇ ਉਹ ਰਾਜਪਾਲ ਡੀਸੀ ਤੇ ਐਸਐਸਪੀਆਂ ਕੋਲੇ ਆ ਜਾਂਦੀਆਂ ਨੇ ਲੋਕਤੰਤਰ ਪ੍ਰਣਾਲੀ ਖਤਮ ਹੋ ਜਾਂਦੀ ਹੈ ਰਾਸੀ ਲੋਕਾਂ ਕੋਲੇ ਉਹਦੀ ਨਹੀਂ ਹੁੰਦੀ ਪਰ ਜਿਹੜੀ ਪਾਰਟੀ ਦਿੱਲੀ ਦੇ ਵਿੱਚ ਬੈਠੀ ਹੈ ਉਹਦੇ ਜਿਹੜੇ ਰਾਸੀ ਆਗੂ ਨੇ ਉਹਨਾਂ ਕੋਲੇ ਜਰੂਰ ਮੜਾ ਮੋਟਾ ਰਹਿੰਦਾ ਹੈ ਜੀ ਜੀ ਰਹੇਗਾ ਢਿੱਲੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਇਹ ਸੰਜਸ ਪਾਸਿੰਗ ਢਿੱਲੋ ਜੀ ਜਿਨੇ ਕਿਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਸਾਸਤ੍ਰਿਕ ਕਾਲ 5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਕੀ ਹੁੰਦੀ ਹੈ ਜਮਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ 나ਇਬतहसीलदार.com ਕਾਨੂੰਨ ਜਾਇਦਾਦ ਦਾ